ਕਹਾਣੀ ਕੀ ਚੋਰੀ ਦੇ ਕੇਸ ਚ ਇੰਨੀ ਜ਼ਿਆਦਾ ਕਿਉਂ ਪ੍ਰੋਬਲਮ ਆ ਰਹੀ ਹੈ ਬੰਦੇ ਨੂੰ ਚੱਕਣ ਦੀ? ਇਹ ਸਾਰਾ ਹਾਈ ਵੋਲਟੇਜ ਡਰਾਮਾ ਸਮਰਾਲਾ ਕਚਹਿਰੀਆਂ ਦੇ ਬਾਹਰ ਹੋਇਆ ਏ, ਜਿੱਥੇ ਸਿਵਲ ਵਰਦੀ ਦੇ ਵਿੱਚ ਆਏ ਚਾਰ ਪੁਲਿਸ ਮੁਲਾਜ਼ਮ ਇੱਕ ਸ਼ਖਸ ਨੂੰ ਘੜੀਸਦੇ ਹੋਏ ਗੱਡੀ ਵੱਲ ਲੈ ਕੇ ਜਾਂਦੇ ਨੇ। ਉਹ ਸ਼ਖਸ ਦੀ ਪਤਨੀ ਦੇਖੋ ਕਿਵੇਂ ਫਿਰ ਹਾਈ ਵੋਲਟੇਜ ਡਰਾਮਾ ਕਰਦੀ ਹੈ। ਕਦੇ ਉਹ ਕੁੜੀ ਆਪਣੇ ਪਤੀ ਦੇ ਉੱਪਰ ਬੈਠ ਜਾਂਦੀ ਹੈ, ਕਦੇ ਉਸਦਾ ਹੱਥ ਫੜ ਲੈਂਦੀ ਹੈ, ਅਤੇ ਫਿਰ ਵੀ ਜਦ ਮੁਲਾਜ਼ਮ ਨਹੀਂ ਹਟਦੇ ਤਾਂ ਉਹ ਗੱਡੀ ਦੇ ਡਾਲੇ ਪਿੱਛੇ ਲਮਕ ਜਾਂਦੀ ਹੈ। ਬਾਅਦ ਦੇ ਵਿੱਚ ਰੋ ਰੋ ਕੇ ਇਸ ਕੁੜੀ ਨੇ ਸਾਰੀ ਗੱਲ ਦੱਸੀ ਹੈ। ਦਰਅਸਲ ਇਸ ਸ਼ਖਸ ਦੇ ਉੱਤੇ ਜਿਸ ਨੂੰ ਪੁਲਿਸ ਘੜੀਸ ਕੇ ਲੈ ਕੇ ਗਈ ਹੈ, ਪਹਿਲਾਂ ਤੋਂ 3 ਕੇਸ ਦਰਜ ਨੇ, ਅਤੇ ਇਸ ਕੁੜੀ ਦਾ ਕਹਿਣਾ ਹੈ ਕਿ ਉਹਨਾਂ ਨੇ ਤਿੰਨਾਂ ਦੇ ਵਿੱਚੋਂ ਜ਼ਮਾਨਤ ਪ੍ਰਾਪਤ ਕਰ ਲਈ ਸੀ ਅਤੇ ਅੱਜ ਹੋਰ ਕਿਸੇ ਕੇਸ ਦੀ ਤਰੀਕ ਭੁਗਤਣ ਆਏ ਸੀ। ਤਾਂ ਉਸ ਮੌਕੇ ਸਿਵਲ ਦੇ ਵਿੱਚ ਚਾਰ ਮੁਲਾਜ਼ਮ ਆਉਂਦੇ ਨੇ, ਉਸਦੇ ਪਤੀ ਨੂੰ ਘੜੀਸ ਕੇ ਲੈ ਜਾਂਦੇ ਨੇ, ਜਿਸ ਤੋਂ ਬਾਅਦ ਕਾਫੀ ਹਾਈ ਵੋਲਟੇਜ ਡਰਾਮਾ ਹੁੰਦਾ ਏ, ਸੜਕ 'ਤੇ ਜਾਮ ਵੀ ਲੱਗਦਾ ਏ, ਪਰ ਅੰਤ ਪੁਲਿਸ ਉਸ ਸ਼ਖਸ ਨੂੰ ਚੱਕ ਕੇ ਲੈ ਜਾਂਦੀ ਹੈ ਅਤੇ ਉਸਦੀ ਪਤਨੀ ਰੌਲਾ ਪਾਉਂਦੀ ਰਹਿ ਜਾਂਦੀ ਹੈ। ਤਾਂ ਦੇਖੋ ਕਿਵੇਂ ਹਾਈ ਵੋਲਟੇਜ ਡਰਾਮਾ ਹੋ ਰਿਹਾ ਏ ਸਮਰਾਲਾ ਕਚਹਿਰੀਆਂ ਦੇ ਬਾਹਰ। ਪੁਲਿਸ ਦੀ ਗੱਡੀ ਪਿੱਛੇ ਇਹ ਔਰਤ ਲਮਕ ਜਾਂਦੀ ਹੈ, ਸਿਵਲ ਵਰਦੀ ਦੇ ਵਿੱਚ ਮੁਲਾਜ਼ਮ ਆਉਂਦੇ ਨੇ ਇੱਕ ਸ਼ਖਸ ਨੂੰ ਚੁੱਕਣ ਦੇ ਲਈ। ਜਦ ਉਸ ਸ਼ਖਸ ਨੂੰ ਚੁੱਕਣ ਦੇ ਲਈ, ਗ੍ਰਿਫਤਾਰ ਕਰਨ ਦੇ ਲਈ ਮੁਲਾਜ਼ਮ ਕਹਿੰਦੇ ਨੇ ਤਾਂ ਉਹ ਇਨਕਾਰ ਕਰ ਦਿੰਦਾ ਹੈ, ਜਿਸ ਤੋਂ ਬਾਅਦ ਪੁਲਿਸ ਜਬਰਨ ਉਸ ਸ਼ਖਸ ਨੂੰ ਘੜੀਸਦੀ ਹੋਈ ਗੱਡੀ ਤੱਕ ਲਿਆਉਂਦੀ ਹੈ। ਪਰ ਉਸ ਦੌਰਾਨ ਇਹ ਸ਼ਖਸ ਦੀ ਪਤਨੀ ਦੇਖੋ ਕਿਵੇਂ ਹਾਈ ਵੋਲਟੇਜ ਡਰਾਮਾ ਕਰ ਰਹੀ ਹੈ। ਜਿਸ ਵੇਲੇ ਪੁਲਿਸ ਆਈ ਉਸ ਵੇਲੇ ਪਤੀ ਪਤਨੀ ਕੰਟੀਨ 'ਚ ਬੈਠੇ ਚਾਹ ਪੀ ਰਹੇ ਸੀ, ਉੱਥੋਂ ਹੀ ਪੁਲਿਸ ਸ਼ਖਸ ਨੂੰ ਘੜੀਸਦੀ ਹੋਈ ਗੱਡੀ ਦੇ ਵਿੱਚ ਲੈ ਗਈ ਅਤੇ ਕਚਹਿਰੀਆਂ ਦੇ ਬਾਹਰ ਇਸ ਔਰਤ ਦੇ ਵੱਲੋਂ ਫਿਰ ਡਰਾਮਾ ਕੀਤਾ ਗਿਆ, ਰੌਲਾ ਪਾਇਆ ਗਿਆ। ਆਓ ਇਸ ਦੇ ਮੂੰਹੋਂ ਹੀ ਸੁਣਦੇ ਹਾਂ ਕਿ ਆਖਿਰਕਾਰ ਪੂਰੀ ਗੱਲ ਕੀ ਹੈ। ਉਹ ਗੱਲ ਕੀ ਹੋਈ ਹੈ ਤੁਹਾਡੇ ਬੰਦੇ ਨੂੰ ਕਾਹਦੇ ਲੈ ਕੇ ਕਾਹਦੇ ਗਏ ਨੇ? ਮੇਰੇ ਨੂੰ ਜਹਾਜ ਚੱਕ ਕੇ ਲੈ ਕੇ ਗਏ। ਕਿਹੜਾ ਪਿੰਡ ਹੈ ਤੁਹਾਡਾ? ਕਿਹੜਾ ਪਿੰਡ ਹੈ? ਮੇਰਾ ਪਿੰਡ ਹੈ ਅੰਬਲੋ। ਅੰਬਲੋ ਲੈ ਕੇ ਕਾਹਦੇ ਗਏ ਨੇ? ਉਹ ਲੈ ਕੇ ਗਏ ਨੇ ਤੁਸੀਂ ਅੱਜ ਉਰੇ ਕੀ ਕਰਨ ਆਏ ਸੀ ਸਮਰਾਲਾ ਕਚਹਿਰੀ? ਤਰੀਕ ਸੀ ਫਿਰ ਤਰੀਕ ਤੋਂ ਚੱਕ ਕੇ ਲੈ ਕੇ ਗਏ ਨੇ? ਪੁਲਿਸ
ਬਾਕੀ ਸਿਵਲ ਚ ਬੰਦੇ ਸੀਗੇ ਚੱਕ ਕੇ ਲੈ ਕੇ ਗਏ ਨੇ ਕਿੱਥੋਂ ਇੱਥੋਂ ਲੈ ਕੇ ਗਏ ਨੇ ਕਚਹਿਰੀ ਚੋਰ ਚੋਰ ਕਹਿ ਕੇ ਚੱਕ ਕੇ ਲੈ ਗਏ ਹੁਣ ਐ ਪਤਾ ਨਹੀਂ ਕੀ ਚੀਜ਼ਾਂ ਬਸ